ਕੋਰੋਨਾ ਵਾਇਰਸ ਕਾਰਨ ਜਿੱਥੇ ਗਰੀਬ ਲੋਕੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਉੱਥੇ ਕਿਸਾਨ ਵੀਰ ਵੀ ਬੁਰੀ ਤਰ੍ਹਾਂ ਘਬਰਾਏ ਹੋਏ ਹਨ, ਕਿਉਂਕਿ ਮੰਡੀਆਂ 'ਚ ਫਸਲ ਦੀ ਖਰੀਦ ਦਾ ਕੋਈ ਢੁਕਵਾਂ ਪ੍ਰਬੰਧ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਤੇ ਉੱਪਰੋਂ ਆਕਾਸ਼ 'ਚ ਚਮਕਦੀ ਬਿਜਲੀ ਜੱਟ ਨੂੰ ਹੌਲ ਪਾ ਰਹੀ ਹੈ। ਇਸੇ ਤਹਿਤ ਅੱਜ ਸਾਹਨੇਵਾਲ ਦੇ MLA ਤੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨਵੀਂ ਅਨਾਜ ਮੰਡੀ 'ਚ ਪਹੁੰਚੇ, ਜਿੱਥੇ ਸਾਰੇ ਆੜ੍ਹਤੀਆਂ ਤੇ ਜੱਟ ਵੀਰਾਂ ਨੇ ਉਹਨਾਂ ਨੂੰ ਸਮੱਸਿਆਵਾਂ ਦੱਸੀਆਂ ਤੇ MLA ਸਾਹਿਬ ਨੇ ਉੱਚ ਅਧਿਕਾਰੀਆਂ ਨਾਲ ਮੌਕੇ ਤੇ ਗੱਲਬਾਤ ਵੀ ਕੀਤੀ, ਪਰ ਉਹਨਾਂ ਨੂੰ ਕੋਈ ਢੁਕਵਾਂ ਉੱਤਰ ਨਹੀਂ ਮਿਲਿਆ, ਕਿਉਂਕਿ ਸਰਕਾਰ ਕੋਰੋਨਾ ਦੇ ਕਰੋਪ ਦਾ ਬਹਾਨਾ ਬਣਾ ਕੇ ਆਪਣਾ ਪੱਲਾ ਝਾੜ ਚੁੱਕੀ ਹੈ ਤੇ ਜੱਟ ਦੀ ਮਿਹਨਤ ਨਾਲ ਪਾਲੀ ਫਸਲ ਲਾਵਾਰਸਾਂ ਦੀ ਤਰ੍ਹਾਂ ਰੁੱਲ ਰਹੀ ਹੈ। ਸਾਡੀ ਟੀਮ ਦੀ MLA ਸਾਹਿਬ ਤੇ ਆੜ੍ਹਤੀਆਂ ਨਾਲ ਗੱਲਬਾਤ ਹੋਈ, ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਆੜ੍ਹਤੀਆਂ ਦੀ ਸ਼ਿਕਾਇਤ ਆ ਰਹੀ ਹੈ, ਜੱਟਾਂ ਦੀ ਸ਼ਿਕਾਇਤ ਆ ਰਹੀ ਹੈ ਕਿ ਸਾਨੂੰ ਪਾਸ ਨਹੀਂ ਮਿਲ ਰਹੇ। ਤੇ ਮੈਨੂੰ ਜਵਾਬ ਮਿਲਿਆ, ਕਹਿੰਦੇ ਪਾਸ ਅਸੀਂ ਇਸ ਕਰਕੇ ਬੰਦ ਕੀਤੇ ਨੇ, ਫਲ ਸਾਰੇ ਭਰੇ ਪਏ ਨੇ। ਹੁਣ ਤੁਸੀਂ ਆਪ ਚੈਨਲ ਵਾਲੇ ਉੱਤੇ ਖੜੇ ਹੋ, ਤੁਸੀਂ ਸਾਰਾ ਫਲ ਦੇਖੋ, ਫਲ ਤਾਂ 70% ਖਾਲੀ ਪਿਆ, 70% ਫਲ ਖਾਲੀ ਪਿਆ। ਜੇ ਇਸੇ ਤਰੀਕੇ ਨਾਲ ਹਾਲਾਤ ਚੱਲਦੇ ਰਹੇ, ਮੈਂ ਕਹਿੰਦਾ ਮੰਡੀ ਦੇ ਵਿੱਚ ਤਾਂ ਕੱਲ੍ਹ ਦੇ ਰਸ ਤੱਕ ਨਹੀਂ ਚੱਕੀ ਜਾਣੀ। ਇਹ ਸਾਰੀ ਮਿਸਮੈਨੇਜਮੈਂਟ ਹੋ ਰਹੀ ਹੈ। ਅਸੀਂ ਕਿਹਾ ਸੀ ਕਿ ਆੜ੍ਹਤੀਏ ਤੇ ਜੱਟ ਦੇ ਉੱਤੇ ਛੱਡ ਦਿਓ, ਆੜ੍ਹਤੀ ਨੂੰ ਪਤਾ ਕਿ ਕਿਵੇਂ ਮੰਡੀਆਂ ਦੇ ਵਿੱਚੋਂ ਮਾਲ ਚੱਕਣਾ, ਮੈਂ ਜੱਟ ਨੂੰ ਪਤਾ ਕਿਵੇਂ ਮਾਲ ਦਿੱਤੇ ਨਾ ਉੱਥੇ। ਇਹਦੇ ਨਾਲ ਰਾਬਤਾ ਇਹਨਾਂ ਦੇ ਜੱਟ ਅਤੇ ਆੜ੍ਹਤੀ ਦੇ ਰਿਲੇਸ਼ਨ ਖਰਾਬ ਕਰਤੇ ਅਤੇ ਨਾਲੇ ਜੱਟ ਭੁਲਸ ਰਿਹਾ ਅਤੇ ਆੜ੍ਹਤੀ ਭੁਲਸ ਰਹੇ ਨੇ। ਸੋ ਮੈਂ ਸਮਝਦਾ ਸਾਰੀ ਮਿਸਮੈਨੇਜਮੈਂਟ ਹੋ ਰਹੀ ਹੈ। ਕਿਸੇ ਨੂੰ ਨਾ ਜੱਟ ਦਾ ਫਿਕਰ ਹੈ, ਨਾ ਆੜ੍ਹਤੀ ਦਾ ਫਿਕਰ ਹੈ। ਉੱਪਰੋਂ ਜਿਹੜੀ ਮੌਸਮ ਹੈ ਉਹਨੇ ਕਣਕ ਦੀ ਹਾਲਤ ਇੰਨੀ ਭੈੜੀ ਕਰਤੀ, ਜੱਟਾਂ ਦੀ ਮਾੜੀ ਹਾਲਤ ਹੋਈ ਪਈ ਹੈ। ਮੈਂ ਤੁਸੀਂ ਫਿਰ ਸਰਕਾਰ ਨੂੰ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਚੈਨਲਾਂ ਦੇ ਰਾਹੀਂ ਨਾ ਲੋਕਾਂ ਨੂੰ ਸਮਝਾਓ, ਅਸੀਂ ਕੋਈ ਸਾਫ਼ ਕਰਨ ਵਾਸਤੇ ਨਹੀਂ ਆਏ, ਅਸੀਂ ਲੋਕਾਂ ਨੇ ਹਮਦਰਦੀ ਵਾਸਤੇ ਇੱਥੇ ਆਏ ਹਾਂ। ਜਿਹੜਾ ਹਲਕਾ ਮੈਂ ਉੱਥੇ ਹਲਕੇ ਦੇ ਵਿੱਚ ਇਸੇ ਤਰੀਕੇ ਨਾਲ ਜਾਊਂਗਾ। ਹੁਣ ਤੁਹਾਡੇ ਮੈਂ ਕਹਿ ਪਹਿਲਾਂ ਲੋਕ ਦਫ਼ਤਰ ਭੇਜੋ, ਇਹਦੇ ਸੰਬੰਧ ਦਫ਼ਤਰ ਵਿਚਾਰ ਸਮਝਣ ਜਿਵੇਂ ਨੇ ਕਿ ਅਸੀਂ ਹਾਲੇ ਉੱਥੇ ਨਹੀਂ ਜਾਣਾ। ਮੈਂ ਚੁਣਿਆ ਹੋਇਆ ਨੁਮਾਇੰਦਾ ਹੈ ਅਤੇ ਜੇ ਮੇਰੇ ਨਾਲ ਬੰਦੇ ਨਹੀਂ ਜਾਣਗੇ ਤਾਂ ਫਿਰ ਜਾਣਗੇ ਕਿਹਦੇ ਨਾਲ, ਮੈਂ ਕਿਹਦੇ ਕੋਲ ਜਾ ਕੇ ਲਊਂਗਾ। ਸੋ ਮੈਂ ਸਮਝਦਾ ਇਹ ਬਹੁਤ ਵੱਡੀ ਨਜਾਇਕੀ ਹੈ। ਅੱਜ ਅਕਾਲੀ ਦਲ BJP ਦੀ ਸਰਕਾਰ ਨੂੰ ਲੋਕ ਯਾਦ ਕਰ ਰਹੇ ਨੇ ਕਿ ਲੋਕਾਂ ਦੀ ਹਮੇਸ਼ ਮੁਕਰ ਸੁਣਵਾਈ ਹੁੰਦੀ ਸੀ, ਅੱਜ ਕੋਈ ਸੁਣਵਾਈ ਕਿਸੇ ਦੀ ਹੋ ਨਹੀਂ ਰਹੀ। ਲੋਕ ਧਾਹਾਂ ਮਾਰਦੇ ਮੈਨੂੰ ਤਕਰੀਬਨ 2 ਦਿਨ ਹੋ ਗਏ ਆਪਣੇ ਸਾਹਮਣੇ ਆ ਹਲਕੇ ਦੀਆਂ ਮੰਡੀਆਂ ਦੇ ਦੌਰੇ ਕਰਦੇ। ਮੈਂ ਜਿਹੜੀ ਮੰਡੀ ਦੇ ਵਿੱਚ ਵੀ ਜਾਣਾ ਹੈ, ਆੜ੍ਹਤੀਆਂ ਤੇ ਜੱਟ ਧਾਹਾਂ ਮਾਰ ਰਹੇ। ਔਰ ਜਿਸ ਮੌਕੇ ਪ੍ਰਸ਼ਾਸਨ ਨਾਲ ਗੱਲ ਕਰਦੇ ਹਾਂ ਤੇ ਪ੍ਰਸ਼ਾਸਨ ਇਹ ਗੱਲ ਕਹਿੰਦਾ ਅਸੀਂ ਜੀ ਹੋਰ ਇਜਾਜ਼ਤ ਨਹੀਂ ਦੇ ਸਕਦੇ ਮੰਡੀਆਂ ਦੇ ਵਿੱਚ ਕਣਕ ਲੈ ਕੇ ਆਉਣ ਨੂੰ, ਫਲ ਭਰੇ ਪਏ ਨੇ। ਮੈਂ ਜਿਹੜੀ ਮੰਡੀ ਦੇ ਵਿੱਚ ਵੀ ਜਾਣਾ ਜਾ ਕੇ ਪਹਿਲਾਂ ਫਲ ਦੇਖਦਾ। ਅੱਜ ਮੈਂ ਸਾਹਨੇਵਾਲ ਮੰਡੀ ਦੇ ਵਿੱਚ ਆਇਆ, ਇੱਥੇ ਹਾਲ ਦੇਖੋ, ਫਲ ਤਾਂ 70% ਫਲ ਖਾਲੀ ਪਿਆ, 70% ਫਲ ਖਾਲੀ ਪਿਆ। ਤੇ ਜਦੋਂ ਜੱਟ ਨੂੰ ਆੜ੍ਹਤੀਏ ਨੂੰ ਪਾਸ ਹੀ ਨਹੀਂ ਮਿਲੂਗਾ ਤੇ ਆੜ੍ਹਤੀਏ ਜੱਟ ਨੂੰ ਕਿੱਥੋਂ ਪਾਸ ਦੇਊਗਾ? ਸਰਕਾਰ ਆੜ੍ਹਤੀ ਨੂੰ ਪਾਸ ਨਹੀਂ ਦੇ ਰਹੀ, ਆੜ੍ਹਤੀਏ ਵਿਚਾਰਾ ਗਾਹਾਂ ਨਹੀਂ ਦੇ ਰਿਹਾ। ਇਹਦੇ ਨਾਲ ਆੜ੍ਹਤੀ ਤੇ ਜੱਟ ਦੇ ਰਿਲੇਸ਼ਨ ਵੀ ਆਪਸ ਵਿੱਚ ਖਰਾਬ ਹੋ ਰਹੇ ਨੇ। ਆੜ੍ਹਤੀ ਤੇ ਜੱਟ ਦੀ ਲੜਾਈ ਕਰਵਾ ਰਹੀ ਹੈ ਸਰਕਾਰ। ਤੇ ਜੇ ਮੈਂ ਕਹਿਣਾ ਅਫਸਰਾਂ ਨੂੰ ਕਿ ਮੇਰੇ ਨਾਲ ਚਲੋ, ਮੈਂ ਤੁਹਾਨੂੰ ਹਾਲ ਦਿਖਾਉਣੇ ਨੇ, ਮੈਨੂੰ ਕਹਿੰਦੇ ਅਸੀਂ ਮਗਰ ਆਉਂਦੇ ਹਾਂ, ਨਾ ਕਿ ਮਗਰ ਆਵੇ ਦਾ ਵਾਸਤਾ, ਕਿਉਂਕਿ ਦੱਸਦੇ ਪੈਂਦੇ ਨੇ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਤੋਂ ਕਿ ਨਾਲ ਨਾ ਜਾਈ, ਕਿੰਨੇ ਵੀ ਨਾਲ ਨਹੀਂ ਜਾਣਗੇ। ਅਸੀਂ ਜਿਹੜੇ ਲੋਕ ਦੁਖੀ ਨੇ ਉਹਨਾਂ ਦੇ ਨਾਲ ਖੜਾਂਗੇ, ਸਰਕਾਰ ਦੇ ਨਕਦ ਦਮ ਕਰਾਂਗੇ ਸਮਾਰ ਕੇ। ਇੱਕ ਦੇ ਦਿਨ ਦੇ ਵਿੱਚ ਇਹਦੇ ਰਿਜ਼ਲਟ ਵਧੀਆ ਨਿਕਲਣਗੇ, ਜਿਸ ਤਰੀਕੇ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਮੀਟਿੰਗਾਂ ਕਰ ਰਹੇ ਨੇ। ਮੈਂ ਸਾਰੀ ਰਿਪੋਰਟ ਆਪਣੇ ਲੀਡਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦੇਣੀਆਂ, ਉਹ ਅਗਰੀ ਕਰਦੇ ਆਪਣੇ ਆਪ ਦੇ ਕਰਨਗੇ। ਮੈਂ ਜੱਟਾਂ ਨੂੰ ਅਤੇ ਆੜ੍ਹਤੀਆਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਜੇ ਪੈਸੇ ਦਾ ਰਸ਼ ਵੈਸੇ ਨਹੀਂ ਹੋ ਰਿਹਾ, ਪਾਸ ਨਹੀਂ ਮਿਲ ਰਿਹਾ, ਸੈਨੀਟਾਈਜ਼ ਦਾ ਕੋਈ ਮਤਲਬ, ਸੈਨੀਟਾਈਜ਼ ਦਾ ਜਾਣ ਕੇ ਆਪਦੇ ਨਹੀਂ ਜਾ ਰਹੇ, ਪਾਸ ਨਹੀਂ ਮਿਲ ਰਹੇ। ਜੱਟ ਨੇ ਕੁੱਤਾਂ ਵਾਂਗੂ ਪਾਲੀ ਸੀ, ਉਹ ਕਣਕ ਦਾ ਕੋਈ ਨਾ ਕੋਈ ਚਾਰ ਪੈਸੇ ਘਰ ਨੂੰ ਤਾਂ ਲੈ ਕੇ ਜਾ ਸਕੇ। ਮੈਂ ਤਾਂ ਉਹਦੀ ਗੱਲ ਕਰਨੀ ਚਾਹੁੰਦਾ, ਮਜ਼ਦੂਰ ਹੈ, ਉਹ ਮਜ਼ਦੂਰ ਦੀ ਹਾਲਤ ਬੁਰੀ ਹੋਈ ਪਈ ਹੈ, ਆੜ੍ਹਤੀ ਦੀ ਆਪਦੀ ਬੁਰੀ ਹਾਲਤ ਹੋਈ ਪਈ ਹੈ।
ਗਰੀਬਾਂ ਨੂੰ ਮੁਫ਼ਤ ਨਾ ਉਹ ਦਿੱਤੀ ਜਾ ਰਹੀ ਹੈ। ਮੈਂ ਕਿਹੜੇ ਕਿਹੜੇ ਇਸ਼ੂ ਦੀ ਗੱਲ ਕਰਾਂ? ਸੋ ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ, ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ ਔਖੀ ਘੜੀ ਦੇ ਵਿੱਚ। ਹੁਣ ਇਹਨਾਂ ਦੇਖ ਕਿ ਜਿਹੜੇ ਖਜ਼ਾਨੇ 'ਚ ਪੈਸੇ ਪਏ ਨੇ ਸੰਭਾਲ ਕੇ ਰੱਖੀਏ, ਕਦੋਂ ਕੰਮ ਆਉਣਗੇ ਇਹ? ਲੋਕ ਤਾਂ ਹੁਣ ਬਾਜਾ ਮਾਰਦੇ ਨੇ। ਕਿੰਨਾ ਫੰਡ ਹੈਗਾ ਜੀ? 6,000 ਕਰੋੜ ਰੁਪਇਆ ਫੰਡ ਹੈ ਜਿਹੜਾ ਪਿਆ, ਲੇਕਿਨ ਉਹਦੇ ਵਿੱਚ 2 ਪੈਸੇ ਵੀ ਨਹੀਂ ਦੇ ਰਹੇ। ਅਸੀਂ ਕਿਹਾ ਸੀ ਵੀ ਜੇ ਤੁਸੀਂ ਚਾਹੁੰਦੇ ਹੋ ਨਾਲ ਮੰਡੀਆਂ 'ਚ ਰਾਸ਼ਨ ਨਾ ਪਵੇ ਤਾਂ ਜੱਟ ਨੂੰ ਕਹਿ ਦਿਓ ਵੀ ਤੂੰ ਚਾਹੇ ਪਿੰਡ ਦੇ ਵਿੱਚ ਕਿਸੇ ਕਮਰਾ ਲੈ ਕੇ ਉੱਥੇ ਰੱਖ ਲਾ, ਉਹਨੂੰ ਤੁਸੀਂ 1 ਮਹੀਨਾ ਕਿਰਾਇਆ ਦੇ ਦਿਓ। ਜਿਹੜਾ ਆਫ਼ਤ ਪ੍ਰਬੰਧਕ ਜਿਹੜਾ ਫੰਡ ਹੁੰਦਾ ਇਹ 2005 ਤੋਂ ਜਮ੍ਹਾਂ ਹੋ ਰਿਹਾ ਤੇ 6,000 ਕਰੋੜ ਦੇ ਨੇੜੇ ਆ, ਉਹ ਕਿੱਥੇ ਆ? ਉਹ ਕਾਹਦੇ? ਇਹ ਆਫ਼ਤ ਹੀ ਆ ਨਾ, ਇਹ ਕੁਦਰਤੀ ਆਫ਼ਤ ਆ। ਇਹਦੇ 'ਚ ਵਰਤੋ, 6,000 ਕਰੋੜ ਰੁਪਇਆ ਤੁਸੀਂ ਰੱਖੀ ਬੈਠੇ ਹੋ, ਹਾਲੇ ਵੀ ਚੀਕਾਂ ਮਾਰੀ ਜਾਂਦੇ ਹੋ ਕਿ ਸਾਡੇ ਕੋਲ ਪੈਸੇ ਹੈ ਨਹੀਂ, ਸਾਡੇ ਕੋਲ ਪੈਸੇ ਨਹੀਂ। ਇੱਕ ਮਿੰਟ ਪੁੱਛਣਾ ਸੀ, ਕੈਪਟਨ ਸਰਕਾਰ ਕਹਿ ਰਹੀ ਹੈ ਵੀ ਸਾਨੂੰ ਕੁਝ ਪਤਾ ਹੀ ਨਹੀਂ ਕੇਂਦਰ ਸਰਕਾਰ ਨੇ ਸੀ। ਸੋ 16 ਕਰੋੜ ਰੁਪਇਆ ਸੈਂਟਰ ਨੇ ਜਿਹੜੇ ਪੰਜਾਬ ਦੇ ਲੋਕਾਂ ਦੇ ਡਾਇਰੈਕਟ ਖਾਤਿਆਂ 'ਚ ਪਾਇਆ, ਹਲੇ ਕਹਿੰਦੇ ਸੈਂਟਰ ਤੋਂ ਪੈਸਾ ਨਹੀਂ ਆਇਆ, ਫ੍ਰੀ ਸਿਲੰਡਰ ਦਿੱਤੇ ਜਾ ਰਹੇ ਨੇ। ਜਾਣੀ ਕਿ ਝੂਠ ਤੇ ਝੂਠ ਮਾਰੀ ਜਾਂਦੇ, ਆਪ ਕਰਨਾ ਕੋਈ ਨਹੀਂ, ਸੈਂਟਰ ਤੇ ਸਿੱਟੀ ਜਾਂਦੇ, ਸਾਡੇ ਕੋਲ ਤਾਂ ਡੇਟਾ ਪਿਆ ਸਰ, ਅਸੀਂ ਦੱਸ ਕੇ ਹਟੇ ਆ, ਅਸੀਂ ਜੇ ਪੁੱਛਦੇ ਹਾਂ ਤਾਂ ਸਿਆਸਤ ਕਰਦੇ ਹਾਂ। ਦੱਸਣਾ ਇੱਕ ਕੈਪਟਨ ਸਾਹਿਬ ਦੀ ਵੀਡੀਓ 2-4 ਦਿਨ ਪਹਿਲਾਂ ਤੋਂ ਸੋਸ਼ਲ ਮੀਡੀਆ ਤੇ ਘੁੰਮ ਰਹੀ ਸੀ, ਇਸ ਵਾਰੀ ਕਣਕ ਦਾ ਝਾੜ 54 ਤੋਂ 54 ਕੁਇੰਟਲ ਆ ਰਿਹਾ, ਉਹਦੇ ਬਾਰੇ ਪਤਾ ਕੀ ਕਹਿਣਾ? ਆਪਾਂ ਦੇਖ ਹੀ ਸਕਦੇ ਕਿੰਨੀ ਕੁ ਨੌਲੇਜ ਹੈ। ਬਹੁਤ ਬਹੁਤ ਧੰਨਵਾਦ। ਇਸ ਸਮੇਂ ਸ਼ਰਨਜੀਤ ਸਿੰਘ ਢਿੱਲੋਂ ਜੀ ਨਾਲ ਸਿਮਰ ਢਿੱਲੋਂ ਤੇ ਬੀਜੇਪੀ ਲੀਡਰ ਬਲਦੇਵ ਪਾਠਕ, ਪੀਏ ਰਛਪਾਲ ਸਿੰਘ, ਅਜਮੇਰ ਸਿੰਘ ਧਾਲੀਵਾਲ ਪ੍ਰਧਾਨ ਆੜਤੀਆ ਯੂਨੀਅਨ, ਜਗਜੀਤ ਸੰਧੂ ਸਰਪੰਚ ਸਾਹਿਬ ਪਿਰਥੀਪੁਰ ਤੇ ਅਮਨ ਪਨੇਸਰ ਆਦਿ ਵੀ ਮੌਜੂਦ ਸਨ।